ਮੰਤ ਸ਼ਾਹ ਵੱਧ ਜ਼ਿਲੂ ਮੰਤ ਸ਼ਾਹ ਬਿਆ ਦਿਲ ਫਿਰ ਇੰਨਾ ਕਾਲਾ ਕੁਲੀ ਸ਼ੇਨ ਕਦੀ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਤੁਹਾਡਾ? ਮੈਂ ਤੁਹਾਡਾ ਮੇਜ਼ਬਾਨ ਅਬਦੁਲ ਰਹੀਮ, ਤੁਸੀਂ ਵੇਖਦੇ ਪਏ ਜੀ ਪਾਕ ਪੱਧਰ ਐਨੀਮਲ ਟੀ ਵੀ। ਜਨਾਬ, ਸਭ ਤੋਂ ਪਹਿਲੇ ਮੈਂ ਆਪਣੇ ਵੀਰਾਂ ਭਰਾਵਾਂ ਦਾ ਸ਼ੁਕਰ ਗੁਜ਼ਾਰ ਹਾਂ ਦਿਲ ਦੇ ਥਾਂ ਗ੍ਰਹਿ ਤੋਂ, ਜੋ ਡੇਲੀ ਬੇਸ 'ਤੇ ਆਪਣਾ ਕੀਮਤੀ ਟਾਈਮ ਨਿਕਾਲ ਕੇ ਪਾਕ ਪੱਧਰ ਐਨੀਮਲ ਟੀ ਵੀ ਨੂੰ ਜਨਾਬ ਵਿਜ਼ਿਟ ਕਰਦੇ ਨੇ। ਜਨਾਬ, ਆਪਣਾ ਇੱਕ ਦੂਸਰਾ ਚੈਨਲ ਹੈ ਮੇਰਾ ਆਪਣਾ ਐਨੀਮਲ ਟੀ ਵੀ, ਉਹ ਵੀ ਵੀਰਾਂ ਭਰਾਵਾਂ ਨੇ ਸ਼ਾਇਦ ਵੇਖਿਆ ਹੋਵੇ, ਸਰਚ ਕੀਤਾ ਹੋਵੇ, ਨਾਮ ਵੇਖਿਆ ਹੋਵੇ ਤਾਂ ਚੈਨਲ ਜਾ ਕੇ ਯੂਟਿਊਬ ਜਾ ਕੇ ਮੇਰਾ ਆਪਣਾ ਐਨੀਮਲ ਟੀ ਵੀ ਸਰਚ ਕਰਕੇ ਆਪਣਾ ਦੂਸਰਾ ਚੈਨਲ ਹੈਗਾ ਮੇਰਾ ਆਪਣਾ ਐਨੀਮਲ ਟੀ ਵੀ। ਇੱਕ ਚੈਨਲ ਹੈ ਪਾਕ ਪੱਧਰ ਐਨੀਮਲ ਟੀ ਵੀ। ਜਨਾਬ, ਹਮੇਸ਼ਾ ਤੋਂ ਪਾਕ ਪੱਧਰ ਐਨੀਮਲ ਟੀ ਵੀ 'ਤੇ ਇੱਕ ਖੂਬਸੂਰਤ ਨੀਲੀ ਰਾਵੀ ਦੀ ਮੱਝ ਦੀ ਵੀਡੀਓ ਲੱਗਦੀ, ਲੇਕਿਨ ਅੱਜ ਪਹਿਲੀ ਦਫ਼ਾ ਸ਼ਾਨ ਡੇਅਰੀ ਫਾਰਮ 'ਤੇ ਆਣ ਕੇ 3 ਜਰਸੀ ਕਰਾਸ ਅਤੇ ਫਰੀਜ਼ਨ ਕਰਾਸ ਗਾਵਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਤਿੰਨੇ ਗਾਵਾਂ ਦੂਸਰਾ ਵਾਰਾ ਡਿਲੀਵਰ ਕੀਤਾ, ਤਿੰਨਾਂ ਦੇ ਪਿੱਛੇ ਬਛੜੀਆਂ ਨੇ ਅੱਲਾ ਦੇ ਫਜ਼ਲ ਨਾਲ, ਅਤੇ ਤਮਾਮ ਫਾਰਮਰ ਹਜ਼ਰਾਤ ਜੋ ਫਾਰਮ ਵਾਸਤੇ ਗਵਾਲ ਵਾਸਤੇ 50, 55, 60 ਕੇ ਜੀ ਪਲੱਸ ਗਾਏ ਦੀ ਡਿਮਾਂਡ ਕਰਦੇ, ਜਨਾਬ ਅੱਜ ਪਾਕ ਪੱਧਰ ਐਨੀਮਲ ਟੀ ਵੀ ਉਹਨਾਂ ਵਾਸਤੇ 3 ਤੋਹਫੇ 3 ਨਗੀਨੇ ਲੈ ਕੇ ਹਾਜ਼ਰ ਹੋਇਆ। ਮੈਂ ਵੀਰਾਂ ਨੂੰ ਗੁਜ਼ਾਰਿਸ਼ ਕਰਨ ਦਾ, ਜਾਨਵਰ ਅੱਛਾ ਲੈਣਾ ਹੋਵੇ, ਖਰਾ ਲੈਣਾ ਹੋਵੇ, ਘਰ ਬੈਠਿਆ ਲੈਣਾ ਹੋਵੇ, ਅਤੇ ਪਾਕ ਪੱਧਰ ਐਨੀਮਲ ਟੀ ਵੀ ਨੂੰ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਕਰਨਾ ਨਹੀਂ ਭੁੱਲਣਾ। ਜਨਾਬ, ਲੋਕੇਸ਼ਨ ਤਹਿਸੀਲ ਆਰੀ ਵਾਲਾ, ਜ਼ਿਲ੍ਹਾ ਪਾਪੜ ਸ਼ਿਵ ਆਪਣੀ ਲੋਕੇਸ਼ਨ ਹੈ। ਜਨਾਬ ਜੀ, 3 ਗਾਵਾਂ ਨੇ, ਜਰਸੀ ਅਤੇ ਫਰੀਜ਼ਨ ਕਰਾਸ, 1 ਪਿਓਰ ਜਰਸੀ ਕਰਾਸ, 2 ਜਰਸੀ ਫਰੀਜ਼ਨ ਅਤੇ HF ਕਰਾਸ ਨੇ। ਮਾਸ਼ਾਅੱਲਾ, ਤਿੰਨੇ ਗਾਵਾਂ 50, 55, 60 ਕੇ ਜੀ ਪਲੱਸ ਨੇ, ਅਤੇ ਮੈਂ ਤਮਾਮ ਫਾਰਮਰ ਹਜ਼ਰਾਤ ਨੂੰ, ਤਮਾਮ ਗਵਾਲ ਹਜ਼ਰਾਤ ਨੂੰ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਿਆਂ, ਅੱਛੇ ਜਾਨਵਰ ਦੀ, ਖਰੇ ਜਾਨਵਰ ਦੀ ਅਤੇ ਆਲਾ ਕੁਆਲਿਟੀ ਵਾਲੇ, ਸਟੈਂਡਰਡ ਵਾਲੇ, ਮਿਆਰ ਵਾਲੇ ਜਾਨਵਰ ਦੀ ਡਿਮਾਂਡ ਕਰ। ਜਨਾਬ, ਅੱਜ ਪਾਕ ਪੱਧਰ ਐਨੀਮਲ ਟੀ ਵੀ ਉਹਨਾਂ ਵਾਸਤੇ ਬਣਾਇਆ ਗਿਆ, ਅਤੇ ਵਾਹਿਦ ਚੈਨਲ ਹੈ ਪਾਕ ਪੱਧਰ ਐਨੀਮਲ ਟੀ ਵੀ ਪੰਜਾਬ ਦਾ, ਜਿਹਦਾ ਮਕਸਦ, ਜਿਹਦਾ ਮਿਸ਼ਨ, ਜਿਹਦੀ ਸੋਚ ਕਿ ਵੀਰਾਂ ਭਰਾਵਾਂ ਵਾਸਤੇ, ਫਾਰਮਰ ਹਜ਼ਰਾਤ ਵਾਸਤੇ, ਗਵਾਲ ਵਾਲਿਆਂ ਵਾਸਤੇ, ਚੁਣ ਚੁਣ ਕੇ, ਸਫ਼ਰ ਕਰਕੇ, ਮਿਹਨਤ ਕਰਕੇ, ਤੋਹਫੇ ਲੈ ਕੇ ਆਦਰੋ। ਜਨਾਬ ਜੀ, ਦੂਸਰਾ ਚੈਨਲ ਮੇਰਾ ਆਪਣਾ ਐਨੀਮਲ ਟੀ ਵੀ, ਇਹ ਨਵਾਂ ਬਣਾਇਆ ਗਿਆ ਪਾਕ ਪੱਧਰ ਐਨੀਮਲ ਟੀ ਵੀ। ਜਾਨਵਰ ਅੱਛਾ ਲੈਣਾ ਹੋਵੇ, ਮੇਰਾ ਆਪਣਾ ਐਨੀਮਲ ਟੀ ਵੀ ਜਾਂ ਪਾਕ ਪੱਧਰ ਐਨੀਮਲ ਟੀ ਵੀ ਨੂੰ ਸਰਚ ਕਰ ਸਕਦੇ ਅਤੇ ਲੱਭ ਸਕਦੇ। ਜਨਾਬ ਜੀ, ਲੋਕੇਸ਼ਨ ਤਹਿਸੀਲ ਆਰੀ ਵਾਲਾ, ਜ਼ਿਲ੍ਹਾ ਪਾਪਸ਼ੀ, ਲੋਕੇਸ਼ਨ ਹੈ ਸ਼ਾਨ ਡੇਅਰੀ ਫਾਰਮ, 100+, 150+ ਗਾਂ ਇੱਥੇ ਖੜ੍ਹੀ ਹੈ। ਕਿਹੜਾ ਮੇਰਾ ਵੀਰ ਭਰਾ ਆਪਣੇ ਫਾਰਮ ਵਾਸਤੇ ਫਾਰਮ ਸ਼ੁਰੂ ਕਰਦਾ ਪਿਆ, ਫਾਰਮ ਦਾ ਆਗਾਜ਼ ਕਰਦਾ ਪਿਆ ਜਾਂ ਫਾਰਮ ਬਣਾਇਆ ਹੋਇਆ, ਅਤੇ ਜਨਾਬ ਜੀ ਸ਼ਾਨ ਡੇਅਰੀ ਫਾਰਮ ਆਰੀ ਵਾਲਾ ਦੀ, ਪਾਕ ਪੱਧਰ ਦੀ ਲੋਕੇਸ਼ਨ ਦੇ ਦਰਮਿਆਨ ਵਾਕਿਆ, 150+ ਗਾਂ ਖੜ੍ਹੀ ਹੈ। 150+ ਗਾਂ ਤੁਸੀਂ ਖਰੀਦ ਕਰ ਸਕਦੇ ਤੇ ਡਿਮਾਂਡ ਹੋਵੇ ਦੀ, ਸਿਰਫ ਸੇਲ ਹੋਵੇ ਦੀ, ਤੁਸੀਂ ਪੈਕੇਜ ਹੋਵੇ ਤਾਂ ਆਪਣੇ ਵੀਰਾਂ ਭਰਾਵਾਂ ਵਾਸਤੇ 3 ਗਾਵਾਂ, 3 ਤੋਹਫੇ ਦਿਖਾਉਂਦੇ ਹਾਂ, ਨਾਲ ਨਾਲ ਸਬਸਕ੍ਰਾਈਬ ਭਰਾਵਾਂ ਦੇ ਗੱਲਾਂ ਸ਼ੇਅਰ ਕਰ ਰਹੇ ਹਾਂ। ਭਾਈਜਾਨ, ਜਾਨਵਰ ਵੀਰਾਂ ਭਰਾਵਾਂ ਨਜ਼ਰ ਕਰਿਆ। ਮਾਸ਼ਾਅੱਲਾ ਜੀ, ਗਾਏ ਨੰਬਰ 1 ਪਿਓਰ ਜਰਸੀ ਕਰਾਸ, ਮਾਸ਼ਾਅੱਲਾ, ਦੂਸਰਾ ਵਾਰ ਡਿਲੀਵਰ ਕੀਤਾ, ਮੂੰਹੋਂ ਸ਼ਰਤ ਗਿਆ 6 ਦਾਨ, ਪਿੱਛੇ ਵੱਛੀ 1 ਦੀਆਂ 2 ਗਾਵਾਂ। ਮਾਸ਼ਾਅੱਲਾ, ਗਾਏ ਨੰਬਰ 1 ਸ਼ਾਨ ਡੇਅਰੀ ਫਾਰਮ 'ਤੇ ਆਏ ਹਾਂ। ਮਾਸ਼ਾਅੱਲਾ, ਤਸੱਲੀ ਕਰਨੀ ਮੇਰੇ ਵੀਰਾਂ ਭਰਾਵਾਂ ਨੇ ਪੂਰੀ, ਇਨਸ਼ਾਅੱਲਾ ਬਗੈਰ ਜੋ ਵੀਰ ਭਰਾ ਪਸੰਦ ਕਰੇ ਦਾ ਖਰੀਦਣ ਦੀ ਕੋਸ਼ਿਸ਼ ਕਰੇ ਦਾ, ਇਨਸ਼ਾਅੱਲਾ 2 ਟਾਈਮ, 4 ਟਾਈਮ, 6 ਟਾਈਮ ਚੋ ਕੇ ਤਸੱਲੀਆਂ ਕਰਕੇ ਲਿਜਾ ਸਕਦਾ। ਲੋਕੇਸ਼ਨ ਆਪਣੀ ਤਹਿਸੀਲ ਆਰੀ ਵਾਲਾ, ਜ਼ਿਲ੍ਹਾ ਪਾਪੜ ਸ਼ਿਵ ਆਪਣੀ ਲੋਕੇਸ਼ਨ ਹੈ। ਮਾਸ਼ਾਅੱਲਾ, ਪਿਓਰ ਜਰਸੀ ਕਰਾਸ ਹੈ, ਇੰਪੋਰਟਡ ਬਰੀਡ ਹੈ, HF ਬਰੀਡ ਹੈ, 45 kg+, ਇਨਸ਼ਾਅੱਲਾ 45 kg+ ਗਾਏ। ਮਾਸ਼ਾਅੱਲਾ, ਛੋਟੀ ਵੱਖੀ, ਬਾਰੀਕ ਚਮੜੀ, ਬਕਾਇਆ ਮੇਰੇ ਵੀਰ ਭਰਾ ਸਮਝਦਾਰ ਜੋ ਲੋਕ ਨੇ, ਸਾਰੇ ਅੱਛੇ ਤਰੀਕੇ ਨਾਲ ਜਾਣਦੇ ਨੇ ਪਿਓਰ ਜਰਸੀ ਕਰਾਸ ਗਾਏ ਦੇ ਬਾਰੇ। ਹਰ ਚੀਜ਼ ਮੇਰੇ ਵੀਰਾਂ ਭਰਾ ਦੇ ਸਾਹਮਣੇ। ਮਾਸ਼ਾਅੱਲਾ, ਗੋਲ ਖੁਰ ਨੇ, ਛੋਟੀ ਬੂਥੀ, ਬਾਰੀਕ ਜਿਲਦ, ਕੱਦ ਪੂਰਾ, ਲੰਬਾਈ ਪੂਰੀ, ਅਤੇ ਆਰਡਰ ਕੁਆਲਿਟੀ ਥੱਬਿਆਂ ਦੀ। ਮਾਸ਼ਾਅੱਲਾ, ਹਰ ਚੀਜ਼ ਮੇਰੇ ਵੀਰਾਂ ਭਰਾ ਸਾਹਮਣੇ ਮੈਂਸ਼ਨ ਕਰਾਂ, ਅਤੇ ਗਾਏ ਨੰਬਰ 1 ਨੂੰ ਮੇਰੇ ਵੀਰਾਂ ਭਰਾਵਾਂ ਨੇ ਤਸੱਲੀ ਨਾਲ ਜਨਾਬ ਜੀ ਦੇਖ ਲੈਣਾ। ਸ਼ਾਨ ਡੇਅਰੀ ਫਾਰਮ 'ਤੇ ਮੌਜੂਦ ਹੈ, ਇਸ ਤੋਂ ਇਲਾਵਾ ਤਕਰੀਬਨ 150+ ਗਾਂ ਖੜ੍ਹੀ ਹੈਗੀ। ਕਿਹੜਾ ਮੇਰਾ ਵੀਰ ਭਰਾ ਪਸੰਦ ਕਰੇ ਮੌਕੇ 'ਤੇ ਆਉਣ 'ਤੇ
ਹਰ ਨਸਲ ਟਾਈਪ ਦੀ ਗਾਈ ਖੜੀ ਖਰੀਦ ਕਰ ਸਕਦਾ। ਗਾਏ ਨੰਬਰ ਦੋ ਹੁਣ ਵੀਰਾਂ ਭਰਾਵਾਂ ਨੂੰ ਦਿੰਦਾ, ਗਾਏ ਨੰਬਰ ਦੋ ਮਾਸ਼ਾਅੱਲਾ ਰੈੱਡ ਅਤੇ ਜਰਸੀ ਅਤੇ ਫ੍ਰੀਜ਼ਨ ਦਾ ਕਰਾਸ, ਤਿੰਨ ਕਰਾਸ ਤੋਂ ਮੁਸ਼ਮਿਲ। ਇਹ ਵੀ ਦੂਸਰਾ ਵਾਰਾ ਸੂਈ ਹੈ, ਤਾਜ਼ਾ ਸੂਈ ਹੈ, 6-7 ਦਿਨ ਹੋ ਗਿਆ ਮੂੰਹ 'ਚ 6 ਦੰਦ। ਇਹਦੇ ਪਿੱਛੇ ਵੱਛੀ ਹੈ ਰੈੱਡ ਅਤੇ ਜਰਸੀ ਅਤੇ ਫ੍ਰੀਜ਼ਨ ਕਰਾਸ, ਇੱਕ ਦੀਆਂ ਦੋ ਗਾਵਾਂ ਮਾਸ਼ਾਅੱਲਾ ਦੂਸਰਾ ਵਾਰਾ, ਅਤੇ ਗਾਏ ਦਾ 50 kg ਪਲੱਸ ਦੁੱਧ ਕਰਦੀ ਪਈ ਦੋ ਟਾਈਮਾਂ ਦਾ, ਤਾਜ਼ਾ ਹੁਣੇ ਚੁਆਈ ਹੋਈ ਤਕਰੀਬਨ 1-1.5 ਘੰਟਾ ਪਹਿਲੇ। ਆਰਡਰ ਕੁਆਲਿਟੀ, ਕੱਦ ਕਾਠ, ਬੋਡੀ ਸਟਰਕਚਰ, ਨਸਲ ਜ਼ਾਤ, ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੇ ਸਾਹਮਣੇ। ਪਾਕਿਸਤਾਨ ਨੇ, ਮੈਂ ਟੀ ਵੀ ਹਮੇਸ਼ਾ ਤੋਂ ਖੂਬਸੂਰਤ ਨੀਲੀ ਰਾਵੀ ਦੀਆਂ ਮੱਝਾਂ ਸੇਲ ਕਰਦਾ ਆਉਂਦਾ, ਲੇਕਿਨ ਅੱਜ ਪਹਿਲੀ ਦਫ਼ਾ ਇਸ ਸ਼ਾਨ ਡੇਅਰੀ ਫਾਰਮ 'ਤੇ ਆਏ ਹਾਂ। ਦੂਜਨ ਰੈੱਡ ਅਤੇ ਜਰਸੀ ਫ੍ਰੀਜ਼ਨ ਦਾ ਤੋਹਫ਼ਾ ਵੀਰਾਂ ਭਰਾਵਾਂ ਵਾਸਤੇ ਲੈ ਕੇ ਆ ਜਾਵੇ। ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਵੀਰਾਂ ਭਰਾਵਾਂ ਨੇ ਕਰਨੇ ਨੇ। ਗਾਏ ਕੋਲ ਖੂਬਸੂਰਤੀ ਬੜੀ, ਗਾਏ ਕੋਲ ਬੋਡੀ ਸਟਰਕਚਰ ਬੜਾ, ਗਾਏ ਕੋਲ ਆਰਡਰ ਕੁਆਲਿਟੀ ਥੱਬਿਆਂ ਦੀ, ਗਾਏ ਕੋਲ ਕੱਦ ਬੜਾ ਵੱਡਾ, ਅਤੇ ਗਾਏ ਦੀ ਕਿਹੜੀ ਖੂਬਸੂਰਤੀ ਹੈ। ਮਾਸ਼ਾਅੱਲਾ ਦੇ ਮਾਸ਼ਾਅੱਲਾ ਦੇ ਕਮੈਂਟ ਕਰਨ ਨੂੰ ਦਿਲ ਕਰਦਾ ਕਿ ਮਾਸ਼ਾਅੱਲਾ ਜੋ ਗਾਏ ਕੋਲ ਖੂਬਸੂਰਤੀ ਹੈ। ਇੰਪੋਰਟਡ ਬਰੀਡ ਹੈ, HF ਹੈਫਰ ਹੈ, ਅਤੇ ਜਰਸੀ ਫ੍ਰੀਜ਼ਨ ਕਿ ਚੋਲਸਤਾਨੀ ਅਤੇ ਰੈੱਡ ਫ੍ਰੀਜ਼ਨ ਦਾ ਕਰਾਸ ਹੈ ਮਾਸ਼ਾਅੱਲਾ। ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੇ ਸਾਹਮਣੇ। ਗਾਏ ਨੰਬਰ 3 ਦਿਖਾਉਂਦੇ ਹਾਂ ਕਿਹੜੀ ਫ੍ਰੀਜ਼ਨ ਕਰਾਸ ਹੋ ਮਾਸ਼ਾਅੱਲਾ। ਗਾਏ ਨੰਬਰ 3 ਨੇ ਪਿਓਰ ਜਰਸੀ ਤੋਂ ਫ੍ਰੀਜ਼ਨ ਕਰਾਸ ਮਾਸ਼ਾਅੱਲਾ। ਦੂਜਨ ਵੈਡ ਮੂੰਹ 'ਚੋਂ 6 ਦੰਦ, ਇਹਦੇ ਪਿੱਛੇ ਵੀ ਵੱਛੀ, ਤਿੰਨਾਂ ਦੇ ਪਿੱਛੇ ਵੱਛੀਆਂ ਨੇ। ਇਹਦੀ ਚੁਆਈ ਹੋਈ ਹੈ ਤਕਰੀਬਨ 1.5 ਘੰਟਾ ਕਬਲ, ਇੱਕ ਦਿਨ ਦੇ ਵਿੱਚ 3 ਦਫ਼ਾ ਚੁਵਾਈਆਂ ਹੁੰਦੀਆਂ ਨੇ ਸ਼ਾਨ ਡੇਅਰੀ ਫਾਰਮ 'ਤੇ, ਕਿਉਂਕਿ ਗਾਵਾਂ ਥੱਲੇ ਦੁੱਧ 45-50 kg ਪਲੱਸ ਹੁੰਦਾ। 3 ਚੁਵਾਈਆਂ ਹੁੰਦੀਆਂ ਨੇ ਅਤੇ ਮਸ਼ੀਨ 'ਤੇ ਚੁਵਾਈਆਂ ਹੁੰਦੀਆਂ ਨੇ, ਤਿੰਨਾਂ ਗਾਵਾਂ ਦੀਆਂ ਮਸ਼ੀਨ 'ਤੇ ਚੁਵਾਈਆਂ ਹੁੰਦੀਆਂ ਨੇ। ਇਸ ਤੋਂ ਇਲਾਵਾ 150 ਪਲੱਸ ਪਹਿਲਾਂ ਵਿਹੜਾ, ਦੂਜਾ ਵਿਹੜਾ, ਗੱਭਣ ਤਿਆਰ ਗਾਵਾਂ ਖੜੀਆਂ ਨੇ, ਉਹਨਾਂ ਸਾਰੀਆਂ ਗਾਵਾਂ ਦੀ ਮਸ਼ੀਨ 'ਤੇ ਚੁਵਾਈ ਹੁੰਦੀ ਹੈ। ਇਹ 3 ਤੋਹਫ਼ੇ ਤੋਂ ਇਲਾਵਾ ਵੀ ਮਾਸ਼ਾਅੱਲਾ ਕਈ ਨਗੀਨੇ ਕਈ ਹੀਰੇ ਖੜੇ ਨੇ, ਜਿਹੜਾ ਮੇਰਾ ਵੀਰ ਭਰਾ ਪਸੰਦ ਕਰੇ ਪਾਕਿਸਤਾਨ ਐਨੀਮਲ TV 'ਤੇ ਵੀਡੀਓ ਦੇਖ ਕੇ ਜਨਾਬ ਜੀ ਪਸੰਦ ਕਰ ਸਕਦਾ। 2 ਟਾਈਮ ਆਖੇ, 4 ਟਾਈਮ ਆਖੇ, ਮੌਕੇ 'ਤੇ ਚੁਵਾਈ ਕਰਾ ਸਕਦੇ ਹਾਂ। ਬਕਾਇਆ ਕੱਦ ਕਾਠ, ਨਸਲ ਜ਼ਾਤ, ਅਤੇ 1.5 ਘੰਟਾ ਪਹਿਲੇ ਚੁਵਾਈ ਹੋਈ ਹੈ, ਹਰ ਚੀਜ਼ ਮੇਰੇ ਵੀਰਾਂ ਭਰਾ ਸਾਹਮਣੇ। ਇਹ 40 kg ਪਲੱਸ ਮਾਸ਼ਾਅੱਲਾ, 40 kg ਤੋਂ 2 ਟਾਈਮਾਂ ਦਾ ਚੁਆ ਕੇ ਜਾਣ ਦਾ ਆਪਣੇ ਮੇਜ਼ਬਾਨ ਨੂੰ ਦੇਗਾ ਇਜਾਜ਼ਤ। ਅੱਲਾ